ਇਹ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਅਸੀਂ ਆਪਣੇ ਚੈਨਲ ਦੁਆਰਾ ਤੁਹਾਡੇ ਨਾਲ 16 ਮਈ 2020 ਨੂੰ ਹੋਣ ਵਾਲੇ ਕ੍ਰਿਸ਼ਮੇ ਦੇ ਬਾਰੇ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਸੀ ਅਤੇ ਉਹ ਗੱਲ ਸੱਚ ਵੀ ਹੋਈ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਉਸ ਕ੍ਰਿਸ਼ਮੇ ਨੂੰ ਦੇਖਿਆ ਸੀ ਕਿਉਂਕਿ ਕੁਦਰਤ ਦੇ ਅਜਿਹੇ ਕ੍ਰਿਸ਼ਮੇ ਅਕਸਰ ਹੀ ਹੁੰਦੇ ਹਨ ਜੋ ਕਿ ਕਦੇ ਚੰਦਰਮਾ ਦੁਆਰਾ ਅਤੇ ਕਦੇ ਕਿਸੇ ਹੋਰ ਗ੍ਰਹਿ ਦੁਆਰਾ ਨਜ਼ਰ ਆਉਂਦੇ ਹਨ ਕਿਉਂਕਿ ਇਹ ਗੱਲ ਬਿਲਕੁਲ ਸੱਚ ਹੈ ਕਿ ਕੁਦਰਤ ਆਪਣੀ ਹੋਣ ਦੇ ਸਬੂਤ ਇਸ ਦੁਨੀਆ ਵਿੱਚ ਰਹਿ ਰਹੇ ਲੋਕਾਂ ਨੂੰ ਦਿੰਦੀ ਹੀ ਰਹਿੰਦੀ ਹੈ ਜੋ ਕਿ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੰਦੇ ਹਨ ਕਿ ਉਹ ਆਪਣੀਆਂ ਅੱਖਾਂ ਦੇ ਨਾਲ ਲਾਈਵ ਕੁਦਰਤ ਦੇ ਅਜਿਹੇ ਕ੍ਰਿਸ਼ਮਿਆਂ ਨੂੰ ਦੇਖਦੇ ਹਨ ਅਤੇ ਜਿੰਨੇ ਲੋਕਾਂ ਨੇ ਵੀ ਅਜਿਹੇ ਕ੍ਰਿਸ਼ਮੇ ਦੇਖੇ ਹੁੰਦੇ ਹਨ ਉਹ ਕੁਦਰਤ ਦੇ ਹੋਂਦ ਤੇ ਵੀ ਯਕੀਨ ਕਰਦੇ ਹਨ ਪਿਛਲੇ ਹੋਏ ਕ੍ਰਿਸ਼ਮੇ ਜੋ ਕਿ 16 ਮਈ 2020 ਜਾਣਿਆ ਕਿ ਕੱਲ ਦੇ ਦਿਨ ਰਾਤ ਨੂੰ ਹੋਇਆ ਸੀ ਜਦੋਂ ਚੰਦਰਮਾ ਵੀਨਸ ਅਤੇ ਜੂਪੀਟਰ ਆਦਿ ਗ੍ਰਹਾਂ ਨੇ ਮਿਲ ਕੇ ਇੱਕ ਸਮਾਈਲੀ ਬਣਾਈ ਸੀ ਉਹੋ ਕ੍ਰਿਸ਼ਮਾ ਬਿਲਕੁਲ ਸੱਚ ਹੋਇਆ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਉਸ ਕ੍ਰਿਸ਼ਮੇ ਨੂੰ ਦੇਖਿਆ ਵੀ ਸੀ ਉਸੇ ਤਰ੍ਹਾਂ ਹੀ ਅੱਜ 17 ਮਈ 2020 ਨੂੰ ਕੁਦਰਤ ਦਾ ਅਜੀਹਾ ਹੀ ਨਜ਼ਾਰਾ ਸੂਰਜ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਜਿਹੜੇ ਵੀ ਲੋਕ ਉਸ ਨੂੰ ਦੇਖ ਰਹੇ ਹਨ ਬਹੁਤ ਹੈਰਾਨ ਹੋ ਰਹੇ ਹਨ ਕਿਉਂਕਿ ਸੂਰਜ ਦੇ ਦੁਆਲੇ ਇੱਕ ਬਹੁਤ ਹੀ ਵੱਡਾ ਸਰਕਲ ਬਣਿਆ ਹੋਇਆ ਹੈ ਅਤੇ ਅਜੀਹਾ ਨਜ਼ਾਰਾ ਅੱਜ ਤੱਕ ਇਸ ਦੁਨੀਆ ਵਿੱਚ ਕਿਸੇ ਨੇ ਨਹੀਂ ਦੇਖਿਆ ਅਤੇ ਨਾ ਹੀ ਕੁਦਰਤ ਵੱਲੋਂ ਕੋਈ ਅਜੀਹਾ ਨਜ਼ਾਰਾ ਪ੍ਰਗਟਾਇਆ ਗਿਆ ਹੈ ਪਰ ਅੱਜ ਤੁਸੀਂ ਸਾਰੇ ਆਪਣੇ ਘਰਾਂ ਤੋਂ ਹੀ ਇਸ ਨਜ਼ਾਰੇ ਨੂੰ ਆਪਣੇ ਅੱਖਾਂ ਦੇ ਨਾਲ ਦੇਖ ਸਕਦੇ ਹੋ ਕਿ ਵਾਕਿਆ ਹੀ ਸੂਰਜ ਦੇ ਦਿਵਾਲੇ ਇੱਕ ਬਹੁਤ ਵੱਡਾ ਸਰਕਲ ਬਣਿਆ ਹੋਇਆ ਹੈ ਜੋ ਕਿ ਕੁਦਰਤ ਦੀ ਹੋਂਦ ਦਾ ਸਾਫ਼-ਸਾਫ਼ ਸਬੂਤ ਦੇ ਰਿਹਾ ਹੈ ਸਾਰੇ ਲੋਕ ਉਸ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਕੇ ਦੇਖ ਰਹੇ ਹਨ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੀ ਲੋਕਾਂ ਵਿੱਚ ਇਸ ਨਜ਼ਾਰੇ ਨੂੰ ਦੇਖਣ ਤੋਂ ਬਾਅਦ ਹਲਚਲ ਮੱਚੀ ਹੋਈ ਹੈ। ਇਸ ਸਾਫ਼-ਸਾਫ਼ ਇਸ ਨਜ਼ਾਰੇ ਨੂੰ ਆਪਣੀਆਂ ਅੱਖਾਂ ਦੇ ਨਾਲ ਸੂਰਜ ਦੇ ਵਿੱਚ ਦੇਖ ਰਹੇ ਹਨ। ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।